ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ? ਅਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ। ਅਤੇ ਟਾਈਮ ਹੋ ਗਿਆ ਜੀ ਅੱਜ 6 ਵਜੇ ਦਾ, ਅਤੇ ਪਿੱਛੇ ਤੁਸੀਂ ਮੇਰੇ ਮੌਸਮ ਦੇਖ ਸਕਦੇ ਹੋ, ਕਾਫੀ ਚੇਂਜ ਹੋ ਗਿਆ, ਠੰਡਾ ਹੋ ਗਿਆ ਮੌਸਮ। ਮੇਰੇ ਪੇਕਿਆਂ ਸਾਈਡ ਮੀਂਹ ਪੈਂਦਾ ਪਿਆ, ਮਤਲਬ ਗੁਰਦਾਸਪੁਰ ਜ਼ਿਲ੍ਹੇ 'ਚ ਮੀਂਹ ਪੈ ਰਿਹਾ, ਅਤੇ ਸੰਗਰੂਰ ਜ਼ਿਲ੍ਹੇ 'ਚ ਠੰਡ ਹੋ ਗਈ ਹੈ। ਹਿਸਾਬ ਲਾ ਲਓ, ਦੇ ਲਓ ਕਿੰਨੀ ਅਟੈਚਮੈਂਟ ਹੈ ਗੁਰਦਾਸਪੁਰ ਅਤੇ ਸੰਗਰੂਰ ਦੀ, ਤਾਂ ਠੰਡਾ ਹੋ ਗਿਆ ਹੈ ਨਾ ਸਿਮਰਨ, ਕਿ ਇੰਨਾ ਪਿਆਰ ਹੈ ਉੱਥੇ ਮੀਂਹ ਪਿਆ ਅਤੇ ਸੰਗਰੂਰ ਠੰਡਾ ਕਰਤਾ। ਕਿ ਇੱਥੇ ਸੀ ਬਾਹਰ ਮੈਂ ਅਤੇ ਸਿਮਰਨ, ਅਤੇ ਵਲੌਗ ਅੱਜ ਸਵੇਰੇ ਸਟਾਰਟ ਨਹੀਂ ਕੀਤਾ ਹੈਗਾ, ਕੁਛ ਅਸੀਂ ਗਏ ਹੋਏ ਸੀ ਕਿਤੇ, ਅਤੇ ਵਲੌਗ ਹੁਣ ਸਟਾਰਟ ਕੀਤਾ। ਅਤੇ ਹੁਣ ਰੋਟੀ ਸਬਜ਼ੀ ਤਾਂ ਦੇਖਦੇ ਹਾਂ, ਦਮਨ ਗਈ ਹੋਈ ਹੈ ਖੇਲਣ, ਅਤੇ ਸਿਮਰਨ ਬੈਠੀ ਹੈ ਮੇਰੇ ਕੋਲ, ਪੜ੍ਹਦੀ ਪਈ ਹੈ। ਹੈਲੋ ਹਾਏ ਤਾਂ ਬੋਲਦਿਆ ਕਰੋ। ਹਾਏ, ਮੈਨੂੰ ਸੁਣ ਨਹੀਂ ਰਿਹਾ ਸੀ ਤਾਂ ਹੈੱਡਫੋਨ ਲਾ ਰੱਖੇ ਨੇ ਨਾ, ਅਤੇ ਬੱਦਲ ਵੀ ਥੋੜ੍ਹੇ ਥੋੜ੍ਹੇ ਆਉਂਦੇ ਪਏ ਨੇ। ਚਲੋ ਅੱਜ ਬੱਦਲ ਵੀ ਆ ਜਾਣਾ ਅਤੇ ਮੌਸਮ ਠੰਡਾ ਹੋ ਜਾਵੇ। 2 ਦਿਨਾਂ ਤੋਂ ਕਾਫੀ ਗਰਮੀ ਪੈਂਦੀ ਪਈ ਸੀ, ਅਤੇ ਅੱਜ ਥੋੜ੍ਹੀ ਜਿਹੀ ਰਾਹਤ ਆ ਗਰਮੀ ਤੋਂ। ਹੁਣ ਰਾਤ ਦੀ ਸਬਜ਼ੀ ਦੇ ਵਿੱਚ ਬਣ ਰਹੀ ਹੈ ਸਾਡੇ ਘਰੇ ਭਿੰਡੀ। ਭਿੰਡੀ ਬਹੁਤ ਬਣਦੀ ਗਰਮੀ ਦੇ ਵਿੱਚ, ਭਿੰਡੀ, ਕਰੇਲੇ, ਕੱਦੂ ਸਭ ਤੋਂ ਫੇਵਰੇਟ ਇਹੀ ਨੇ ਸਭ ਦੇ, ਅਤੇ ਨਾਲੇ ਛੇਤੀ ਬਣ ਜਾਂਦੀ ਹੈ ਭਿੰਡੀ। ਅਤੇ ਅੱਜ ਜਿਹੜੀ ਤੁਸੀਂ ਭਿੰਡੀ ਦੇਖ ਰਹੇ ਹੋ ਨਾ, ਮੈਂ ਨਵੇਂ ਸਟਾਈਲ ਦੀ ਕੱਟ ਰਹੀ ਹਾਂ, ਥੋੜ੍ਹੀ ਡਿਫਰੈਂਟ। ਮੈਂ ਕਿਹਾ ਥੋੜ੍ਹਾ ਐਵੇਂ ਕੱਟਣ ਨਾਲ ਚੇਂਜ ਹੋ ਜਾਏਗਾ ਅਤੇ ਡਿਜ਼ਾਇਨ ਵੀ ਚੇਂਜ ਹੋ ਜਾਏਗਾ। ਆਪਾਂ ਕਿਚਨ ਪਹੁੰਚ ਗਏ ਹਾਂ, ਸਬਜ਼ੀ ਆਪਾਂ ਨੇ ਕੱਟ ਲਈ ਸੀ, ਅਤੇ ਇੱਧਰ ਭਿੰਡੀਆਂ ਬਣ ਰਹੀਆਂ ਨੇ। ਆਪਾਂ ਨੇ ਆਲੂ ਅਤੇ ਪਿਆਜ਼ ਫਰਾਈ ਕਰ ਲਏ ਨੇ। ਭਿੰਡੀਆਂ ਅੱਜ ਆਪਾਂ ਜਿਹੜੀਆਂ ਬਣਾਈਆਂ, ਆਲੂ ਵਾਲੀਆਂ ਬਣਾਉਣੀਆਂ, ਅਤੇ ਇੱਧਰ ਆਪਾਂ ਭਿੰਡੀਆਂ ਨੂੰ ਫਰਾਈ ਕਰਦੇ ਪਏ ਹਾਂ। ਤੇਲ ਥੋੜ੍ਹਾ ਪਾਇਆ, ਕਿਉਂ ਆਲੂਆਂ ਦੇ ਵਿੱਚ ਵੀ ਤੇਲ, ਪਿਆਜ਼ ਦੇ ਵਿੱਚ ਵੀ, ਅਤੇ ਫਿਰ ਜ਼ਿਆਦਾ ਓਇਲ ਹੋ ਜਾਣਾ। ਤੁਸੀਂ ਪਿਛਲੇ ਵਲੌਗਾਂ ਨੂੰ ਬਹੁਤ ਪਿਆਰ ਦਿੱਤਾ, ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ, ਅਤੇ ਐਵੇਂ ਹੀ ਵਲੌਗਾਂ ਨੂੰ ਪਿਆਰ ਦਿੰਦੇ ਰਿਹਾ ਕਰੋ, ਅਤੇ ਨਵੇਂ ਨਵੇਂ ਵਲੌਗ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਫਿਰ ਆਪਣੀ ਭਿੰਡੀ ਫਰਾਈ ਹੁੰਦੀ ਹੈ, ਉਹਨਾਂ ਚਿਰ ਆਪਾਂ ਨੇ ਇੱਕ ਪੀਜ਼ੇ ਦੇ ਵਿੱਚ ਹੋਰ ਪਾਣੀ ਹੈ, ਉਹ ਪਾਉਣਾ ਜੀ ਪਨੀਰ, ਅਤੇ ਆਪਾਂ ਪਨੀਰ ਕੱਟ ਲੈਂਦੇ ਹਾਂ। ਆਪਾਂ ਕੱਟਣ ਲੱਗੇ ਪਨੀਰ, ਪਨੀਰ ਨੂੰ ਚਲੋ ਜੀ, ਇਹਨੂੰ ਸਭ ਤੋਂ ਪਹਿਲਾਂ ਆਪਾਂ ਪਨੀਰ ਨੂੰ ਧੋ ਲੈਂਦੇ ਹਾਂ। ਪਨੀਰ ਧੋ ਲਿਆ ਆਪਾਂ ਨੇ, ਇੱਧਰ ਆਪਾਂ ਹੁਣ ਵਿੱਚ ਜਿਹੜੇ ਆਲੂ ਅਤੇ ਪਿਆਜ਼ ਫਰਾਈ ਕੀਤੇ ਨੇ, ਭਿੰਡੀਆਂ ਦੇ ਪਾਉਣ ਲੱਗੀਆਂ, ਭਿੰਡੀਆਂ ਫਰਾਈ ਹੋ ਗਈਆਂ। ਸਿਮੂ ਕਹਿੰਦੀ ਮੰਮਾ ਕਿਹਦੇ ਨਾਲ ਗੱਲਾਂ ਕਰਨ ਦੀ, ਕੈਮਰਾ ਤਾਂ ਹੈ ਨੀ ਇੱਥੇ, ਤੇ ਹੁਣ ਪਾਉਂਦੇ ਆਪਾਂ ਇਹਦੇ ਵਿੱਚ ਲੂਣ ਮਿਰਚ, ਸਭ ਤੋਂ ਪਹਿਲਾਂ ਪਾਉਣਾ ਲੂਣ, ਸਾਰਿਆਂ ਨੂੰ ਪਤਾ ਹੀ ਹੈ। ਤੇ ਦੇਗੀ ਮਿਰਚ ਤੇ ਅਮਚੂਰ, ਤੇ ਲਾਲ ਮਿਰਚ ਪਾਤੀ ਆਪਾਂ ਨੇ, ਇੱਧਰ ਆਪਾਂ ਕੱਟਦੇ ਪਏ ਪਨੀਰ, ਫਰਾਈ ਕਰਕੇ ਪਾਈਏ ਪਨੀਰ ਭਿੰਡੀਆਂ 'ਚ ਨਾ, ਵਧੀਆ ਲੱਗੂਗਾ ਹੈ ਨਾ, ਕੱਚਾ ਰਹਿ ਜਾਣਾ ਨਹੀਂ ਤਾਂ। ਇੱਧਰ ਤਵਾ ਰੱਖੀ, ਨੋਨ ਸਟਿਕ ਤਵਾ ਰੱਖ ਧੋ ਕੇ ਫਰਾਈ ਕਰੀਏ ਪਨੀਰ। ਹੁਣ ਆਪਾਂ ਪਾਉਣ ਲੱਗੇ ਹਾਂ ਇਹ 'ਚ ਅਮਚੂਰ ਪਾਊਡਰ, ਪਲੇਟਾਂ 'ਚ ਥੋੜ੍ਹਾ ਤੇਲ ਸੀ, ਗਰਮ ਮਸਾਲਾ ਕਿਆ ਸਾਊਂਡ ਕਰਦੇ, ਤਵਾ ਸਾਫ਼ ਹੈ ਨਾ। ਛੋਟੇ ਛੋਟੇ ਸਲਾਈਸਿਸ ਕੱਟ ਲਓ, ਇੰਨੇ ਕੁ ਸਲਾਈਸ ਦੇ ਵਿੱਚ ਆਜ ਬਣਦੀ ਹੈ ਹਮਾਰੇ ਘਰ ਮੈਂ ਭਿੰਡੀ ਆਲੂ ਪਨੀਰ ਦੀ ਸਬਜ਼ੀ, ਮਤਲਬ 3 ਸਬਜ਼ੀਆਂ ਨਾਲ ਰੋਟੀ ਖਾਵਾਂਗੇ ਅੱਜ ਅਸੀਂ, ਭਾਵੇਂ ਇਹ ਬਣਾਈਏ ਕੀ ਹੈ, ਪਰ ਹੈ 3 ਸਬਜ਼ੀਆਂ, ਭਿੰਡੀ ਆਲੂ ਪਨੀਰ। ਔਨ ਕਰਦੇ ਫਟਾਫਟ, ਅਤੇ ਚਮਚਾ ਦੇਸੀ ਘਿਓ ਪਾ ਲਿਆ ਤਵੇ 'ਤੇ, ਬਹੁਤ ਵਧੀਆ ਬਹੁਤ ਵਧੀਆ। ਅੱਜ ਅਵਤਾਰ ਮੇਰੇ ਨੇ ਵਾਚ ਲੈ ਕੇ ਆਏ ਨੇ, ਤੁਹਾਨੂੰ ਪਤਾ ਕੈਮਰਾ ਕਿੱਥੇ ਲੱਗਾ ਨਾ,
Oh my God! Very good, very good. Oh yeah. क्या पनीर है स्वाद है? मैं तो टेस्ट नहीं किया, तुम ये किस करो? बढ़िया है कि नहीं बढ़िया? तुम ही ले आए हो? मेरा स्टैंड किधर ना होना, मैं तुम्हें कितना होता है? देखो मैं कैमरा किधर टकाया, आटे वाली तो लीव थे। बहुत जल्दी कैमरा इन्होंने स्टैंड ले आके दे देंगे ते इन्होंने वीडियो हो जाऊंगा। मेरी हेल्प नहीं ना करते है ब्लॉगिंग दे विच, मेरा कैमरा नहीं पड़ते। पिछले ब्लॉग से तो ये कह रहे हैं कि मैं ही ब्लॉग स्टार्ट करूंगा, हूँ दो दिन हो गए ब्लॉग स्टार्ट नहीं किया। अगर आपने नॉन स्टिक तवा रखता ये उत्ते थोड़ा जि पाने देसी घ्यो पनीर फ्राई करने वास्ते बस। तो हम आप रख लें पनीर सब्जी हो गई रेडी, बस पनीर फ्राई हो जाए फिर ये पाने। चलो जी पनीर अपना एक साइड तो पक गया, एक साइड रह गई। डीप फ्राई नो ना ठीक है, थोड़ा जहा घ्यो पक जाता है, चमचा को घ्यो पाओ फिर फ्राई हो जाता। चलो बच्चे आ जाओ रोटियां लाइए। चलो जी पनीर अपने ज़्यादा ही फ्राई कर लिया, मैं ज़्यादा मतलब एवं का रड़िया रड़िया। असि बैठे ही सी, मौसम इन्ना ठंडा हो गया, मीह शुरू हो गया। देखो इन्ना मीह पैंदा पिया, हवा भी नाल चल रही है। कित्थे कित्थे मीह पै रहा कमेंट जरूर करियो। हाँ जी तुसी की देख रहे हो? मौसम बने पे शिमले वाला। गुड मॉर्निंग एवरीवन, टाइम है गया जी सवेर का, सवेर के ब्रेकफास्ट के बन रहा दलिया। लाया जी मैं वाला अपने दही, दही के मैं सिरम पा के लगया, ये ना वाल बड़े सॉफ्ट हो जाते, शाइन तो सिल्की जिन्हों कहते ना वो हो जाते हैं। तो जिन्हों के वाल रिबॉन्ड हुए हुए हैं वो तुम दही के सिरम पा सकते हो, नींबू पा सकते हो। तो जिन्हों के वाल नहीं रिबॉन्ड हुए तो वो सरों का तेल, कोई भी तेल जिहड़ा मतलब तुसी वाला वास्ते यूज़ कर दियो वो पा सकते हो। तो इनू आपने दही ला के आप 15 या 20 मिनट लिए कोई साइड इफेक्ट नहीं है, 15-20 मिनट लिए आप छड़ सकते हैं। तो इधर मेरे वालों लग गया देखो। तो लो जी मैं ना एक घंटे बाद जो अपने हेयर ने वॉश कर ले, हूँ तुम महसूस तो नहीं कर सकते, बस देख तक सकते हो किन्ने सॉफ्ट हो गए ने। तो जरूर ट्राई करियो ना, बड़ शाइन भी बहुत होंगी, तो शाइन भी दिखती होनी तुम मेरे वाला। ये तुम जरा दही का मतलब पेस्ट है दसदा कि दही के मिला के किमें अपने लगाना, तो तुम भी जरूर ट्राई करियो। हो गया ना जी, चलो हूँ आप भी करते हैं रेस्ट, तो बाल तो अपने सुक गए ने, तो मैं तो बहुत शाइन लग रही बालों के। तो तुम भी प्लीज़ जरूर ट्राई करो, तो मैनू कमेंट बॉक्स के दस्यो कि किमें रहा तुहाडा इह वालां नू दही ला के किमें रहे तुहाडे वाल। मेरे तो बहुत वधिया लग रहे हैं, मैनू अज ज़्यादा ही सॉफ्ट लग रहे हैं कुछ। अगे मैं जदों शैंपू तो मास्क अप्लाई करती सी ना उहदे नाल ज़्यादा सॉफ्ट लग रहे हैं। तो बाकी चलो जी मिलते हैं तुहानू नैक्सट ब्लॉग ना, जो वीडियो चंगी लगी लाइक शेयर कमेंट कर दो। तो हुण टाइम हो गया 2:30 बजे का, तो हुण करदे आं रैसट, मिलते हैं तुहानू अगले ब्लॉग ना। बाय बाय सारयां।